ਜੀ ਇਹ ਸਨ ਭਾਈ ਅਮਰੀਕ ਸਿੰਘ ਜੀ ਗੁਰੂ ਘਰ ਨਿਵਾਸ ਗੁਰਦੁਆਰਾ ਦੇ ਮੁੱਖ ਸੇਵਾਦਾਰ ਅਤੇ ਹੋਰ ਜਿਹੜੇ ਨਾਲ ਇਹਨਾਂ ਦੇ ਪ੍ਰਬੰਧਕ ਹਨ ਉਹਨਾਂ ਨੂੰ ਵੀ ਲੱਗ ਕੇ ਹਨ ਹੋਰ ਵੀ ਸਾਡੇ ਸੰਗਤ ਸਾਹਿਬ ਗੁਰਬਰ ਹਿਪਨ ਤੋਂ ਉਹਨਾਂ ਦੇ ਨਾਲ ਸਾਥੀ ਜਿਹੜੇ ਛੱਜਰੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਸੇਵਾ ਕਰਦੇ ਸਨ ਉਹ ਵੀ ਪਹੁੰਚੇ ਆ ਅਤੇ ਜਿਵੇਂ ਤੁਹਾਨੂੰ ਪਤਾ ਕਿ ਇੰਟਰਨੈਸ਼ਨਲ ਪੰਥਕ ਦਲ ਜਿਹੜੀ ਇਹ ਜਥੇਬੰਦੀ ਆ 1984 ਤੋਂ ਭਾਵੇਂ ਇੰਟਰਨੈਸ਼ਨਲ ਸਤਿਗੁਰੂ ਦੇ ਫੈਡਰੇਸ਼ਨ ਤੋਂ ਬਾਅਦ ਇੰਟਰਨੈਸ਼ਨਲ ਪੰਥਕ ਦਲ ਬਣ ਗਿਆ ਅਤੇ ਇਹ ਜਥੇਬੰਦੀ ਨੇ ਉਦੋਂ ਤੋਂ ਲੈ ਕੇ ਜਿਹੜੀਆਂ ਸਭਾਵਾਂ ਸੰਘਰਸ਼ ਦੇ ਵਿੱਚ ਹਰ ਤਰ੍ਹਾਂ ਪਾਈਆਂ 2016 ਦੇ ਵਿੱਚ 15 'ਚ ਵਿਚਾਰ ਸਾਡੀ ਬਣੀ ਕਿ ਅਸੀਂ ਪੰਜਾਬ ਦੀ ਧਰਤੀ 'ਤੇ ਜਾ ਕੇ ਉਹ ਗੱਲਬਾਤ ਕਰੀਏ ਜਿਹਦੇ ਨਾਲ ਉੱਥੇ ਰਾਜਨੀਤਿਕ ਤੌਰ 'ਤੇ ਵਿਚਰਿਆ ਜਾਵੇ ਜਿਹੜੀ ਆ ਗਰਾਊਂਡ 'ਤੇ ਗੱਲ ਆ ਉਹ ਕੀਤੀ ਜਾਵੇ। ਬੜਾ ਉਪਰਾਲਾ ਕੀਤਾ ਭਾਈ ਕਪਤਾਨ ਸਿੰਘ ਜੀ, ਭਾਈ ਵਗੇਲ ਸਿੰਘ ਜੀ, ਦਾਸ, ਭਾਈ ਪਰਮਜੀਤ ਸਿੰਘ ਜੀ ਢਾਡੀ, ਜਿੰਨੇ ਵੀ ਸਿੰਘ ਸੀ, ਵਿਚਾਰਾਂ ਵੀ ਕੀਤੀਆਂ ਕਾਨਫਰੰਸਾਂ ਦੇ ਵਿੱਚ, ਜਥੇਬੰਦੀਆਂ ਨੂੰ ਵੀ ਜਿਹੜੀ ਆ ਬੇਨਤੀਆਂ ਕੀਤੀਆਂ, ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਪਰ ਅਸੀਂ ਫਿਰ ਵੀ ਆਪਣੇ ਤੌਰ 'ਤੇ ਉਹ ਜਿਹੜਾ ਸੰਘਰਸ਼ ਸੀ ਉਹਨੂੰ ਪੰਜਾਬ ਲੈ ਕੇ ਗਏ, ਉੱਥੇ ਇੰਟਰਨੈਸ਼ਨਲ ਪੰਥਕ ਦਲ ਦੀਆਂ ਬ੍ਰਾਂਚਾਂ ਜ਼ਿਲ੍ਹਿਆਂ ਦੇ ਵਿੱਚ ਬਣਾਈਆਂ ਅਤੇ ਅੱਜ ਇੰਟਰਨੈਸ਼ਨਲ ਪੰਥਕ ਦਲ ਜਿਹੜੀ 31 ਮੈਂਬਰੀ ਕਿਸਾਨਾਂ ਦੀਆਂ ਜਥੇਬੰਦੀਆਂ ਉਹਦੇ 'ਚੋਂ ਇੱਕ ਜਿਹੜੀ ਕਿਸਾਨ ਬਚਾਓ ਮੋਰਚਾ ਉਹ ਇੰਟਰਨੈਸ਼ਨਲ ਪੰਥਕ ਦਲ ਦੀ ਆ ਪਹਿਲੇ ਦਿਨ ਤੋਂ। ਅਤੇ ਜਦੋਂ ਵੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਭਾਈ ਕਿਰਪਾ ਸਿੰਘ ਜੀ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਉੱਥੇ ਪੰਜਾਬ ਦੇ ਪ੍ਰਧਾਨ ਆ ਕਿਸਾਨ ਬਚਾਓ ਮੋਰਚੇ ਦੇ ਉਹ ਵਿੱਚ ਬੈਠੇ ਹਨ ਅਤੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉੱਥੇ ਕੈਂਪ ਵੀ ਲੱਗਾ। ਕਹਿਣ ਦਾ ਭਾਵ ਜਿਹੜੀਆਂ ਗੱਲਾਂ ਕਹੀ ਜਾ ਰਹੀ ਅਸੀਂ ਕਹਿੰਦੇ ਹਾਂ ਵੀ ਸਾਨੂੰ ਇੱਦਾਂ ਕਰ ਲੈਣੀਆਂ ਚਾਹੀਦੀਆਂ, ਅਸੀਂ ਉਹ ਪ੍ਰੈਕਟੀਕਲ ਕਰਕੇ ਦੇਖਿਆ, ਉਹਦੇ 'ਚ ਕਾਮਯਾਬੀ ਮਿਲੀ ਆ, ਪਰ ਸਾਨੂੰ ਕਈ ਵਾਰੀ ਵਿਰੋਧ ਦਾ ਵੀ ਸਾਹਮਣਾ ਕਰਨਾ ਪੈਂਦਾ। ਪਰ ਮੈਂ ਉਸ ਪਾਸੇ ਨਹੀਂ ਜਾਣਾ। ਜਦੋਂ ਕਿਸੇ ਨੇ ਕੋਈ ਨਿਸ਼ਚਾ ਕਰ ਲਿਆ ਹੋਵੇ, ਜਦੋਂ ਕਿਸੇ ਨੇ ਕੋਈ ਕਰਨਾ ਹੋਵੇ ਨਾ, ਤਾਂ ਉਹ ਹੋ ਸਕਦਾ ਆ, ਗੁਰੂ ਮਹਾਰਾਜ ਦਾ ਓਟ ਆਸਰਾ ਸਿਰ 'ਤੇ ਹੋਵੇ। ਸੋ ਅੱਜ ਆਪਾਂ ਦਿੱਲੀ ਦੇ ਉਸ ਸ਼ੰਭੂ ਮੋਰਚੇ 'ਤੇ ਬੈਠੇ ਹਾਂ ਜਿੱਥੋਂ ਉਨਾ ਚਿਰ ਨਹੀਂ ਉੱਠਿਆ ਜਾਊਗਾ ਜਿੰਨਾ ਚਿਰ ਮੋਦੀ ਸਰਕਾਰ ਦੇ ਜਿਹੜੇ ਕਾਲੇ ਕਾਨੂੰਨ ਆ ਵਾਪਸ ਨਹੀਂ ਹੋ ਜਾਂਦੇ। ਸੋ ਸਮੇਂ ਸਮੇਂ ਭਾਈ ਕਪਤਾਨ ਸਿੰਘ ਜੀ ਸਾਡੇ ਸੀਨੀਅਰ ਮੀਤ ਪ੍ਰਧਾਨ ਆ, ਉਹ ਦੱਸਣਗੇ ਜਥੇਬੰਦੀ ਦੇ ਹੋਰ ਕੰਮਾਂ ਬਾਰੇ ਵੀ। ਅਤੇ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਗੁਰਨਾਮ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਹਰ ਪੱਖ ਤੋਂ ਜਿਹੜੀ ਨਜ਼ਰ ਰੱਖਦੇ ਆ ਮੀਡੀਆ 'ਤੇ ਵੀ ਅਤੇ ਮੁੱਦਿਆਂ 'ਤੇ ਵੀ, ਅਤੇ ਅੱਜ ਇਹਨਾਂ ਤੋਂ ਅਸੀਂ ਇਹ ਦੇਖਣਾ ਸੁਣਨਾ ਚਾਹਾਂਗੇ ਕਿ ਇਹਦਾ ਐਨਾਲਿਸਿਸ ਕੀ ਕਰਦੇ ਆ, ਜਿਹੜਾ ਮੋਰਚਾ ਲਗਾਇਆ ਹੁਣ ਸਾਨੂੰ ਕੀ ਕਰਨਾ ਚਾਹੀਦਾ। ਹਾਂਜੀ ਡਾਕਟਰ ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਭਾਈ ਰਘਵੀਰ ਸਿੰਘ, ਕਪਤਾਨ ਸਿੰਘ, ਢਾਡੀ ਸਾਹਿਬ, ਹੋਰ ਜਿੰਨੇ ਵੀ ਇੱਥੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਇੰਟਰਨੈਸ਼ਨਲ ਪੰਥਕ ਦਲ, ਆ ਮੀਡੀਆ ਆਵਾਜ਼ ਕੌਮ KTV ਦਾ ਵੀ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਵੀ ਇੱਥੇ ਬੁਲਾ ਕੇ ਮੇਰਾ ਸਤਿਕਾਰ ਕੀਤਾ ਔਰ ਇੱਕ ਦੂਰ ਦ੍ਰਿਸ਼ਟੀ ਦਿਖਾਈ ਇਹਨਾਂ ਨੇ। ਕਿਉਂਕਿ ਅੱਜ ਆਪ ਜੀ ਨੂੰ ਪਤਾ, ਨਰਿੰਦਰ ਮੋਦੀ ਰਕਾਬਗੰਜ ਗੁਰਦੁਆਰਾ ਜਾ ਕੇ ਮੱਥਾ ਟੇਕਣ ਗਿਆ ਸੀ ਅੱਜ, ਅਤੇ ਬੜੀ ਚਰਚਾ ਹੋ ਰਹੀ ਆ ਵੀ ਮੋਦੀ ਸਾਹਿਬ ਨੇ ਬਗੈਰ ਕੋਈ ਸਿਕਿਉਰਿਟੀ ਤੋਂ ਹੀ ਉੱਥੇ ਮੱਥਾ ਟੇਕਿਆ। ਵੈਸੇ ਤਾਂ ਗੁਰੂ ਦੇ ਦਰਬਾਰ ਦੇ ਵਿੱਚ ਕਿਸੇ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ, ਗੁਰੂ ਕੇ ਲਾਲ ਉੱਥੇ ਉਹੀ ਸਿਕਿਉਰਿਟੀ ਹੈਗੀ ਆ। ਪਰ ਫਿਰ ਵੀ ਉਸ ਮੋਦੀ ਇੱਕ ਖਬਰ ਦੇ ਵਿੱਚ ਗੱਲ ਆਈ ਸੀ, ਉਹਨਾਂ ਨੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਸੀ ਵੀ ਇਹ ਗੁਰਦੁਆਰਾ ਕਾਹਦੇ ਵਾਸਤੇ ਬਣਿਆ, ਹਾਂਜੀ ਇਹਦੀ ਮਹਾਨਤਾ ਕੀ ਆ। ਤਾਂ ਮੈਂ ਸੋਚਦਾ ਵੀ ਮੋਦੀ ਸਾਹਿਬ ਇੱਕ ਪਾਸੇ ਦਾ ਤੂੰ ਉੱਥੇ ਮੱਥਾ ਟੇਕਣ ਗਿਆ, ਇੱਕ ਪਾਸੇ ਤੂੰ ਕਹਿ ਰਿਹਾ ਵੀ ਮੈਂ ਤਾਂ ਸਾਰੇ ਭਾਰਤੀ ਲੋਕਾਂ ਦਾ ਇੱਕ ਸਾਂਝਾ ਪ੍ਰਧਾਨ ਮੰਤਰੀ ਹਾਂ, ਅਤੇ ਤੈਨੂੰ ਇਹ ਨਹੀਂ ਪਤਾ ਵੀ 1675 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਗੁਰੂ ਦੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਜੋ ਉਹਨਾਂ ਦਾ ਸਰੀਰ ਤੜ ਸੀ, ਇੱਥੇ ਸੰਸਕਾਰ ਹੋਇਆ ਸੀ। ਮੋਦੀ ਸਾਹਿਬ ਇੱਕ ਪਾਸੇ ਤਾਂ ਤੂੰ ਕਹਿ ਰਿਹਾ ਵੀ ਮੈਂ ਤੁਹਾਡੇ ਲਾਗੇ ਹਾਂ, ਮੈਂ ਤਾਂ ਹੈ ਹੀ ਤੁਹਾਡਾ, ਤਾਂ ਦੂਜੇ ਪਾਸੇ ਤੁਹਾਨੂੰ ਇਹ ਨਹੀਂ ਪਤਾ ਜਿਸ ਹਿੰਦੀ ਚਾਦਰ ਨੇ ਹਿੰਦੂ ਕੌਮ ਵਾਸਤੇ ਸੀਸ ਦੇ ਆ ਪਰ ਸਿਰਣ ਨਾ ਦੀ ਆ, ਧਰਮ ਹੇਤ ਸਾਕਾ ਜਿਨ ਕੀ ਆ ਤਿਲਕ ਜੰਜੂ ਰੱਖਾ ਪ੍ਰਭਤਾ ਕਾ। ਜਿਸ ਤਿਲਕ ਜੰਜੂ ਦੀ ਤੁਸੀਂ ਗੱਲ ਕਰਦੇ ਆ, ਜੋ ਯੋਗੀ ਆਦਿੱਤਿਆ ਨਾਥ UP ਦਾ ਜਿਹੜਾ ਮਿਨਿਸਟਰ ਹੈਗਾ, ਚੀਫ ਮਿਨਿਸਟਰ, ਜਿਹੜਾ ਕਹਿੰਦਾ ਵੀ ਅਸੀਂ ਰਾਮ ਰਾਜ ਬਣਾਉਣਾ, ਅਸੀਂ ਹਿੰਦੁੱਤਵਾ ਬਣਾਉਣਾ, ਵੈਸੇ ਇਹ ਨਾ ਤੂੰ ਭੁਲੇਖੇ ਚਾਹ
मोदी जी इस गुरु तेग बहादुर साहब ने किसी एक धर्म किसी एक फिरके वास्ते शहादत दी सी। जे तुसी ए कहोगे तो उन्होंने शहादत तुसी बहुत छोटी कर दोगे। गुरु तेग बहादुर जी ने धर्म हेत साखा जीवन लिया और कमाल की गल है मोदी साहब जी तुसी इस पंजाबी इस सिख कौम को पछाणना जानना क्योंकि प्रोफेसर पूरन सिंह जी ने कहा सगा पंजाब गुरां ते नाम दे वसदा अंत दा स्वाद तां नाम दा स्वाद ये गुरु नानक देव जी की देन आ उस कौम उस पंजाबी कौम नूं। फिर तैनूं पता होना चाहिए भी उही गुरु साहिब गुरु नानक देव जी ने जिसने उस तिलक जंजू नूं इनकार किया सगा नवें जामे दे विच उही गुरु नानक ने सीस दिता उही तिलक जंजू वास्ते। तुसी इहदे विच सोचना समझो कि यह कौम काहदी कौम आ किहड़ी कौम आ भी अपने मोर्चियां दे विच जा के अपने लंगर लजा रही आ और इत्थे तक नहीं भी अपने बंदियां नूं छका रही आ उत्थे दुश्मन नूं भी छका रही आ उत्थे प्रदेश नूं भी छका रही आ। यह बहुत वड्डी गल है भाई कन्हैया दी सानूं मुड़ के एक वारी फिर याद आ जांदी आ क्योंकि जो साढ़े वर्गे बुकों के इतिहास को पढ़ते हैं तो कई बार मन चाहता भी इस इतिहासकार ने किदा लिखा तो इस इतिहासकार ने किदा लिखा। बहुता साडा इतिहास है जो कहते ओरल ट्रेडिशन और इस करके साडे इतिहास के फर्क लिखण के है पर अज सानूं बुक्का पढ़न की लोड़ नहीं है। अज सानूं किसी नूं पुछण की लोड़ नहीं है भी साडी साडा इतिहास की है। अज साध संगत जीओ जिथे भी तुसी देखते हैं अज साडियां अखां दे मोहरे ओह सिख विरसा ओह पंजाबी विरसा जिंदा जागदा विरसा साडे मोहरे प्रदर्शन हो रहा। मैं नहीं कह रहा क्योंकि कोई जे अपने धर्म की प्रवृत्ता करे वह एक वक्री गल हैगी। कल एक खबर आई सी एक रिपोर्ट शायद रघवीर सिंह तुसी भी देखी होनी मेरा ख्याल हम मैं पंजाब चो सी किसी शहर चो सी एक ब्राह्मण फैमिली सी हिंदू परिवार मैनू जगराओं तो हिंदू तो हिंदू परिवार नाल ओह सी ओहदा बेटा सी ओहदी लड़की सी ते उन्होंने आप कहता मोदी तैनू शर्म आनी चाहीदी आ जिस कौम ने हिंदूइज्म वास्ते कुरबानियां दित्तियां दित्तियां चलो आपां किसे एक फिरके लई नहीं कुरबानी दे रहे असीं मनुखता वास्ते दिंदे आ एक रिप लिखी खिंचना पाओ क्योंकि इह भी मोदी कह रहा भी इह सिख गुरु हिंदू नैशनलिस्ट सीगे इह देश भगत सीगे देश भगत नहीं सी गुरु मनुखता वास्ते उहनां दी भगती सीगी। चलो फिर भी उस वीर ने बहुत सोहणी गल कही उह कहिंदा मोदी जे तूं इसी तरह लोगों के नाल वर्ताव करना जे तू लोगों जमीन लुटनिया जे तुसी बजुर्गों जो इतने कुछ नहीं मंगते सिर्फ कहते सू रहन दो दिता है कोई इन्हों की मंग है नहीं थानू खिला रहे इन्होंने ये वर्ताव करना। तो उस वीर ने गल कही हिंदू वीर ने जरा आप शहरी जिसन कोई दिक्कत नहीं हैगी कहता मैं चाहना असी पंजाब अड हो जाइए बहुत वही गल कही और उसी लड़की ने भी बहुत ही दिलेरी नाल कहा भी वह साडे गुरु हैगे आ क्योंकि पंजाब गुरां दे नां दे वास्ता ही कदे भुल्दी ना गल इह चीज़। साडे काफ़ी मुसलमान वीरां दे नाल भी वाह पैंदे आ पाकिस्तान जो पंजाब दे विच ते तुसीं यकीन करो वह भी कह रहे भी पंजाब गुरां दे नां दे वास्ता वह आप कह रहे गुरु नानक साडा गुरु आ। तुसीं जदों पिछले साल देखिया सी किस तरह करतारपुर साहब दे विच जा के मुस्लिम वीर किन्ने अपने इमोशनल होके इतने गुरु के गुण गा रहे थे। एक कौम बहुत बड़ी कौम आ बहुत विशाल कौम आ कई बार ये भी हम प्रोपोगंडा आ रहा भी यह देश द्रोही आ यह दुश्मन आ यह नक्सलाइट आ यह मार्क्सिस्ट आ यह खालिस्तानी आ हरेक लफ्ज इन्होंने कहा भी यह खतरनाक हो गया। मैं ऑन रैकॉर्ड कह दिना शायद असी भी उही लाइन के बच्चे पाए जाते भी यह भी उही देश द्रोही लोग आ। भारत के नाल मेरा बहुत ज्यादा प्यार आ इनफैक्ट इन्ना प्यार आ भारत के नाल जिनी मेरी रिसर्च हैगी इस टाइम पर
ਉਹ ਇਸੇ ਤੇ ਆ ਵੀ ਤੁਸੀਂ ਵੈਸਟਰਨ ਲੋਕਾਂ ਨੇ ਕਿਉਂ ਭਾਰਤ ਨੂੰ ਇੰਨਾ ਭੰਡਿਆ, ਵੈਸਟਰਨ ਕਲੋਨੀਅਲਿਜ਼ਮ ਨੇ ਕਿਉਂ ਭਾਰਤੀ ਲੋਕਾਂ ਨੂੰ ਇੰਨਾ ਮਾੜਾ ਦਿਖਾਇਆ ਗਿਆ। ਭਾਰਤ ਦੇ ਲੋਕ ਦੇ ਨਾਲ ਮੇਰਾ ਬਹੁਤ ਪਿਆਰ ਆ, ਕਿਉਂ ਨਾ ਹੋਵੇ, ਅਸੀਂ ਆਪ ਹੀ ਉੱਥੋਂ ਹੀ ਆਏ ਹਾਂ। ਪਰ ਭਾਰਤ ਇੱਕ ਕੰਟਰੀ ਨਹੀਂ ਹੈਗੀ, ਭਾਰਤ ਇੱਕ ਦੇਸ਼ ਨਹੀਂ ਹੈਗਾ, ਭਾਰਤ ਇੱਕ ਸਬ ਕੰਟੀਨੈਂਟ ਆ। ਉਹ ਭਾਰਤ ਦੇ ਵਿੱਚ ਬਹੁਤ ਰੰਗ ਦੇ ਲੋਕ ਰਹਿੰਦੇ ਆ, ਬਹੁਤ ਧਰਮ ਆ, ਬਹੁਤ ਵਿਸ਼ਾਲਾ ਇਨਫੈਕਟ ਭਾਰਤ ਦੀ ਜਿਹੜੀ ਹੈਸੀਅਤ ਇਹੀ ਆ ਵੀ ਉਹ ਇੱਕ ਮਲਟੀ ਕਲਚਰ ਮਲਟੀ ਫੇਥ ਸੋਸਾਇਟੀ ਹੈਗੀ ਆ। ਤੁਸੀਂ ਚਾਈਨਾ ਜਾ ਕੇ ਦੇਖੋ, ਤੁਹਾਨੂੰ ਕੋਈ ਮਲਟੀ ਕਲਚਰ ਨਹੀਂ ਮਿਲੂਗਾ, ਉੱਥੇ ਕੋਈ ਮਲਟੀ ਫੇਥ ਨਹੀਂ ਮਿਲੂਗਾ। ਜਿਹੜਾ ਕੋਈ ਆਪਣੀ ਵਿਲੱਖਣਤਾ ਰੱਖਦਾ ਵੀ ਉਹਨੂੰ ਵੀ ਤਬਾਹ ਕਰ ਦਿੰਦੇ ਆ। ਹੁਣ ਆਪ ਦੇਖ ਰਹੇ ਯੂਈਕਾ ਮੁਸਲਿਮਸ, ਜਿਹੜੀ ਇੱਕ ਮੁਸਲਿਮ ਕੌਮ ਆ, ਯੂਈਕਾ ਤੁਹਾਨੂੰ ਕਹਿੰਦੇ ਆ। ਓਵਰ 1 ਮਿਲੀਅਨ ਇਸ ਟਾਈਮ ਤੇ ਕੈਂਪਾਂ ਦੇ ਵਿੱਚ ਆ। ਚਾਈਨੀਜ਼ ਕਹਿ ਰਹੇ ਵੀ ਅਸੀਂ ਇਹਨੂੰ ਰੀਐਜੂਕੇਟ ਕਰਦੇ ਹਾਂ, ਪਰ ਸਾਨੂੰ ਪਤਾ ਉੱਥੇ ਕੀ ਹੋ ਰਿਹਾ, ਬ੍ਰੇਨ ਵਾਸ਼ਿੰਗ ਹੋ ਰਹੀ ਆ। ਤਿੱਬਤ ਦੇ ਵਿੱਚ ਜਦੋਂ ਚਾਈਨਾ ਨੇ ਤਿੱਬਤ ਤੇ ਕਬਜ਼ਾ ਕੀਤਾ, ਡਾਕਟਰ ਸੁਰਿੰਦਰ ਸਿੰਘ ਮੇਰੇ ਨਾਲ ਜ਼ਿਆਦਾ ਜਾਣਦੇ, ਇਹ ਤਾਂ ਕਾਫ਼ੀ ਉੱਧਰ ਰਿਸਰਚ ਇਹਨਾਂ ਦੀ ਹੈਗੀ ਹੈ। ਤਿੱਬਤ ਦਾ ਆਪਣਾ ਬਹੁਤ ਪੁਰਾਣਾ ਕਲਚਰ ਸੀਗਾ, ਬੁੱਧਿਜ਼ਮ ਵਗੈਰਾ, ਉਹ ਵੀ ਨਸ਼ਟ ਕਰਤਾ। ਇਹਨਾਂ ਦੇ ਢਾਂਚੇ 2-3 ਖਾਸ ਢਾਂਚੇ ਸੀ ਚਾਈਨਾ ਦੇ। ਇੱਕ ਤਾਂ ਸੀਗਾ ਪੋਪੂਲੇਸ਼ਨ, ਜਿੱਦਾਂ ਇਹਨਾਂ ਨੇ ਮੂਵ ਕਰਨੀ, ਅੱਜ ਵੀ ਕਰਦੇ ਆ, ਮਿਲੀਅਨਸ ਮੂਵ ਕਰ ਦਿੰਦੇ ਆ। ਤਾਂ ਇੱਕ ਸੀ ਇਹਨਾਂ ਦੇ ਜੋ ਕਹਿੰਦੇ ਰੀਐਜੂਕੇਸ਼ਨ, ਯਾਨੀ ਕਿ ਜਿਹੜੀ ਸਰਕਾਰ ਆ ਉਹ ਤਾਂ ਸੀ ਲੋਕਾਂ ਨੂੰ ਤੁਸੀਂ ਕੀ ਸੋਚਣਾ, ਖਾਸ ਕਰਕੇ ਕਮਿਊਨਿਜ਼ਮ ਦੇ ਥੱਲੇ ਇਹਨਾਂ ਨੇ ਬਹੁਤ ਇਹ ਪੋਲਿਸੀ ਬਣਾਈ ਸੀ। ਤਾਂ ਤੀਜਾ ਹੈਗਾ ਜੈਨੋਸਾਈਡ, ਜਿਹੜੇ ਨਹੀਂ ਮੰਨਦੇ ਮਾਰ ਦਿਓ ਇਹਨਾਂ ਨੂੰ, ਹਾਂਜੀ। ਸੋ ਇਹ ਆਪਾਂ ਨੂੰ ਸਮਝਣਾ ਪਊਗਾ, ਕੋਈ ਵੀ ਸਟੇਟ ਜਿਸਨੇ ਸੈਂਟਰਲਾਈਜ਼ ਕਰਨਾ ਪਾਵਰ, ਕਿਉਂਕਿ ਮੈਂ ਚਾਹੁੰਦਾ ਫਿਕਰ ਵੀ ਇਸੇ ਨੇ ਗੱਲ ਕੀਤੀ ਸੀ, ਐਨਾਲਿਸਿਸ ਕਰੀ ਵੀ ਜੜ ਬੰਬੇ ਜਾ ਰਹੇ ਥੋੜ੍ਹਾ ਜਿਹਾ। ਅੱਜ ਦੀ ਗੱਲ ਨਹੀਂ, ਇਹ ਕਿਹਾ ਜਾਂਦਾ ਵੀ ਇੱਕ ਕਹਾਵਤ ਆ ਵੀ ਜਦੋਂ ਲਾਸਟ ਸਟ੍ਰੋ ਨੂੰ ਕਹਿੰਦੇ ਆ ਵੀ ਜਦੋਂ ਊਠ ਦਾ ਜਦੋਂ ਢੋਈ ਹੈ ਨਾ ਟੁੱਟ ਜਾਂਦੀ, ਕਮ ਉਸ ਬਖ, ਇਹ ਆਖਰੀ ਸਟ੍ਰੋ ਹੁੰਦੀ, ਦਿਸ ਲਾਸਟ ਸਟ੍ਰੋ। ਕਹਿਣ ਤੋਂ ਭਾਵ ਪਹਿਲਾਂ ਤੁਸੀਂ ਬਹੁਤ ਊਠ ਦੇ ਭਾਰ ਲੱਗਿਆ ਆ, ਉਹ ਵਿਚਾਰਾ ਮਸੀਂ ਤਾਂ ਬਚਦਾ, ਪਰ ਇਹ ਆਖਰੀ ਜਿਹੜਾ ਸੀਗਾ ਭਾਰ ਉਹਦੇ ਨਾਲ ਉਹਦਾ ਹਿੱਕ ਟੁੱਟ ਗਿਆ। ਸੋ ਇਹ ਜੋ ਹੋਇਆ, ਇਹ ਜਿਹੜੇ 3 ਆਰਡੀਨੈਂਸ ਸੀਗੇ, ਦਿਸ ਇਜ਼ ਦ ਲਾਸਟ ਸਟ੍ਰੋ। ਪਰ ਇਹਦੇ ਪਿੱਛੇ ਬਹੁਤ ਕੁਛ ਹੋਇਆ, ਇਹਦੇ ਪਿੱਛੇ ਬਹੁਤ ਲੜੀ ਹੈਗੀ ਆ। ਇਹ ਗੁੱਸਾ ਸਿਰਫ ਇਹਨਾਂ ਕਰਕੇ ਨਹੀਂ ਹੈ। ਪਾਤਸ਼ਾਹ ਕਹਿੰਦੇ ਜੱਬੇ ਬਾਣ ਲਾ ਕੇ ਤੱਬੇ ਲੋਸ ਜਾ ਕੇ ਹੋ, ਪਰ ਬਾਣ ਤੋਂ ਪਹਿਲਾਂ ਵੀ ਜੰਗਾਂ ਜੁੱਦਾਂ ਹੁੰਦੀਆਂ ਹੀ ਆ। ਜਦੋਂ ਬਾਣ ਤੱਕ ਨਹੀਂ, ਰੋਸ ਤਾਂ ਪਹਿਲਾਂ ਜਾਗਿਆ ਹੁੰਦਾ, ਤੁਸੀਂ ਜੰਗ ਯੁੱਧ ਦੇ ਵਿੱਚ ਹਾਂ। ਤਾਂ ਜੀ ਸਾਡੀ ਇਹ ਜੰਗ ਯੁੱਧ 84 ਤੋਂ ਪਹਿਲਾਂ ਦੀ ਆ, 47 ਤੋਂ ਹੀ ਮੈਂ ਕਹਿੰਦਾ ਇਹ ਸ਼ੁਰੂ ਹੋ ਗਈ, 47 ਤੋਂ ਵੀ ਪਹਿਲਾਂ 20s ਦੇ ਵਿੱਚ ਜਦੋਂ ਗਦਰੀ ਲਹਿਰਾਂ ਚੱਲੀਆਂ, ਸਿੰਘ ਸਭਾ ਲਹਿਰਾਂ ਚੱਲੀਆਂ, ਉਸ ਤੋਂ ਹੀ ਸ਼ੁਰੂ ਹੋ ਗਈਆਂ ਸਾਡੀਆਂ। ਉਹ ਤੋਂ ਵੀ ਪਿੱਛੇ ਤੁਸੀਂ ਜਾ ਸਕਦੇ ਹਾਂ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ, ਰਾਜੇ ਸ਼ੀਮ ਕਦਮ ਕੁੱਤੇ। ਇਹ ਕੌਮ ਇੰਪੀਰੀਅਲਿਜ਼ਮ ਦੇ ਖਿਲਾਫ ਹਮੇਸ਼ਾ ਹੀ ਲੜਨ ਵਾਸਤੇ, ਇਨਫੈਕਟ ਅਸੀਂ ਜਿਹਦੇ ਜਗਦੇ ਤਾਂ ਨਹੀਂ ਹਾਂ। ਮੋਦੀ ਨੇ ਸ਼ਾਇਦ ਇਹ ਵੀ ਇਤਿਹਾਸ ਵੀ ਸੀ ਪੜਿਆ ਵੀ ਇਹ ਕੌਮ ਨਾਲ ਤੁਸੀਂ ਵਾਮ ਨਾ ਪਾਓ। 1984 ਦੇ ਵਿੱਚ ਇੰਦਰਾ ਗਾਂਧੀ ਨੇ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਖਤਮ ਕਰਨ ਵਾਸਤੇ, ਹਾਂਜੀ। ਦਿੱਲੀ ਦੇ ਵਿੱਚ ਜੈਨੋਸਾਈਡ ਹੋਇਆ, ਉਹਦੇ ਪੁੱਤ ਨੇ ਕਰਾਇਆ, ਤਾਂ ਇੰਦਰਾ ਨੇ ਵੀ ਤੁਹਾਨੂੰ ਪਤਾ ਕੀ ਕੀਤਾ ਸੀ। ਉਸ ਤੋਂ ਬਾਅਦ ਵੀ ਉੱਠੇ ਕਈ ਮੋਰਚੇ ਲੱਗੇ ਆ, ਪਰ ਇਹਨਾਂ ਨੇ ਸਟੇਟ ਟੈਰੋਰਿਜ਼ਮ ਬਹੁਤ ਵਰਤ ਕੇ ਕਾਫੀ ਹੱਦ ਤੱਕ ਸਾਡੀ ਨੌਜਵਾਨ ਪਨੀਰੀ ਨੂੰ ਜਦ ਖਤਮ ਕਰਤਾ, ਜਦ ਦੁਨੀਆਂ ਦੇ ਕੋਨੇ ਕੋਨੇ ਜਾ ਕੇ ਖਿਲਾਰਤਾ। ਪਰ ਉਹਦੇ ਅੰਦਰ ਜਿਹੜੀ ਲਾਈਟ ਆ, ਜਦੋਂ ਅਸੀਂ ਪਿਛਲੇ ਹਫ਼ਤੇ ਲੰਡਨ ਦੇ ਵਿੱਚ ਭਾਈ ਰਣਵੀਰ ਸਿੰਘ, ਕਪਤਾਨ ਸਿੰਘ ਸਾਰੇ ਸੀਗੇ ਮੇਰੇ ਵੀਰ ਉੱਥੇ ਸੀਗੇ, ਅਤੇ ਮੈਂ ਇਹਨਾਂ ਨੂੰ ਗੱਲ ਕਹੀ ਸੀ, ਕਿਉਂਕਿ ਅਸੀਂ 84 ਤੋਂ ਪਹਿਲਾਂ ਤੋਂ ਚੁੱਪ ਰਹੇ ਹਾਂ ਵੀ ਜਦੋਂ 1984 ਦੇ ਵਿੱਚ ਹਮਲਾ ਹੋਇਆ ਸੀਗਾ, ਅਤੇ ਰਾਤੋਂ ਰਾਤ ਹੀ ਕੋਈ ਕੋਚਾਂ ਨਹੀਂ ਸੀ ਕਿਸੇ ਨੇ ਬੁੱਕ ਕੀਤੀਆਂ, 1,00,000 ਇਕੱਠ ਹੋਇਆ ਸੀ ਟਾਡੀ ਸਾਹਿਬ ਨੂੰ ਚਿੱਤਾ ਹਾਈਟ ਪਾਰਕ ਦੇ ਵਿੱਚ, ਕਿਸੇ ਨੇ ਕੋਈ ਲੰਗਰ ਦੇ ਇੰਤਜ਼ਾਮ ਨਹੀਂ ਕੀਤੇ ਸੀਗੇ, ਪਰ ਉਹ ਤਾਂ ਅੰਮ੍ਰਿਤਧਾਰੀ ਵੀ ਥੋੜ੍ਹੇ ਸੀ, ਬਹੁਤੇ ਮੇਰਾ ਖਿਆਲ ਵੀਰ ਮੋਨੇ ਹੀ ਸੀਗੇ ਉਦੋਂ, ਪਰ ਉਹੀ ਮੋਨੇ ਵੀਰਾਂ ਭੈਣਾਂ ਨੇ ਕੱਫਣ ਬੰਨਦੇ ਸੀ ਸਿਰਾਂ ਦੇ ਉੱਪਰ, ਅਤੇ ਉੱਥੇ ਜਾ ਕੇ ਇੰਦਰਾ ਨੂੰ ਕਹਿ ਤਾ ਸੀ ਵੀ ਅਸੀਂ ਹੁਣ ਇੰਦਰਾ ਤੈਨੂੰ ਨਹੀਂ ਛੱਡਣਾ। ਇਹਦੇ 'ਚੋਂ ਸਾਨੂੰ ਬਹੁਤ ਵੱਡੀ ਸਿੱਖਿਆ ਹੈਗੀ, ਕਿਉਂਕਿ ਉਸ ਤੋਂ ਬਾਅਦ ਅਸੀਂ ਮੈਂ ਕਹਿੰਦਾ ਬਹੁਤ ਗਲਤ ਰਾਹ ਤੁਰ ਪਏ ਸੀ। ਅਸੀਂ ਕਿਸੇ ਦੀ ਪੱਗ ਦੇਖਣੀ ਜੀ, ਇਹ ਕਿਹੜੇ ਰੰਗ ਦੀ ਪੱਗ ਬੰਨੀ ਆ, ਜੇ ਗੋਲ ਪੱਗ ਬੰਨੀ ਜ਼ਿਆਦਾ ਉਹਦਾ ਅਸੀਂ ਸਾਥੀ ਬਣ ਗਏ ਜਾਂ ਦੁਸ਼ਮਣ ਬਣ ਗਏ, ਜੇ ਕਿਸੇ ਦੇ ਰੁਮਾਲ ਬੰਨਿਆ ਜੀ ਇਹ ਮੋਨ ਕੌਣ ਕਹੀ ਜਾਣੇ, ਜੇ ਮੋਨੇ ਘੁੰਨੇ ਆ, ਉਹ ਆਪ ਖੁਦ ਗਿਆ ਸੀ ਮੋਨੇ ਘੁੰਨਿਆਂ 'ਚ ਸਾਰੇ ਆਏ ਹਾਂ। ਅਤੇ ਅੱਜ ਵੀ ਉਹ ਦਿੱਲੀ ਦੇ ਬਾਰਡਰ 'ਤੇ ਉਹੀ ਜਿਹਨਾਂ ਨੂੰ ਆਪਾਂ ਮੋਨੇ ਘੁੰਨੇ ਕਹਿੰਦੇ ਸੀ,
ਨਸ਼ਈ ਗਾਇਕ ਦੀਪ ਸਿੱਧੂ ਵਰਗੇ, ਲੱਖਾ ਸਦਾਣਾ ਵਰਗੇ, ਜਿਨ੍ਹਾਂ ਨੇ ਆਪ ਕਫਨ ਬੰਨੇ ਆ ਔਰ ਉਹ ਵੀ ਗੁਰੂ ਦੀ ਗੱਲ ਕਰਦੇ ਆ ਕਿਉਂਕਿ ਉਹਨਾਂ ਨੇ ਪੜ੍ਹਿਆ ਇਤਿਹਾਸ। ਅਸੀਂ ਇਤਿਹਾਸ ਪੜ੍ਹਨੋਂ ਹਟ ਕੇ ਜਿੱਦਣ ਇਤਿਹਾਸ ਪੜ੍ਹ ਲਉਂਗੇ ਸਾਨੂੰ ਕੋਈ ਨਹੀਂ ਮਾਰ ਸਕਦਾ। ਇਹ ਬਹੁਤ ਇੰਪੋਰਟੈਂਟ ਗੱਲ ਹੈਗੀ ਆ। ਆਏ ਆਰਡੀਨੈਂਸਿਸ 'ਤੇ ਇਹਦੇ ਬਾਰੇ ਡਾਕਟਰ ਸੁਰਿੰਦਰ ਸਿੰਘ ਉਹ ਮੈਨੂੰ ਮੈਮ ਦੇਖਦੀ ਆ, ਉਹ ਇਹਨੇ ਡਿਟੇਲਸ ਦੱਸ ਸਕਦੇ ਵੀ ਇਹਦੀ ਲੀਗਲ ਸਿਚੁਏਸ਼ਨ ਕੀ ਹੈਗੇ। ਪਰ ਮੈਂ ਇਹ ਕਹੂੰਗਾ ਵੀ ਇਹ ਸਿਰਫ ਉਸ ਆਰਡੀਨੈਂਸਿਸ ਤੱਕ ਨਹੀਂ ਹੈ। ਮੈਂ ਚਾਈਨਾ ਦੀ ਗੱਲ ਕੀਤੀ ਸੀ ਨਾ, ਹੁਣ ਮੋਦੀ 'ਤੇ ਆਈਏ। ਮੋਦੀ ਦੀ ਵੀ ਇੱਕ ਪੋਲਿਸੀ ਹੈਗੀ ਸੈਂਟਰਲਾਈਜੇਸ਼ਨ। ਪਿਛਲੇ ਸਾਲ ਜਦੋਂ ਇਹਨਾਂ ਨੇ ਕਸ਼ਮੀਰ ਦਾ ਜਿਹੜਾ ਵਿਲੱਖਣ 370 ਧਾਰਾ ਕਾਨੂੰਨ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਸੈਮੀ ਆਟੋਨਮਸ ਸਟੇਟਸ ਮਿਲੀ ਸੀ, ਉਹ ਰੱਦ ਕੀਤੀ ਸੀ ਇਹਨਾਂ ਨੇ। ਅਤੇ ਰਿਪਬਲਿਕਨ ਡੇ ਦੇ ਵਿੱਚ ਸਪੀਚ ਦੇ ਵਿੱਚ ਮੋਦੀ ਨੇ ਇੱਕ ਗੱਲ ਕਹੀ ਸੀ ਜਿਹੜੀ ਕਿ ਤੁਹਾਨੂੰ ਨੋਟ ਕਰਨੀ, ਕਿਉਂਕਿ ਉਦੋਂ ਇਹਨੂੰ ਬੜੀ ਆਪਣੇ ਆਪ ਨੂੰ ਬਹੁਤ ਵੱਡੀ ਇੱਕ ਕੁਰਬਾਨੀ ਸਮਝਦਾ ਸੀ ਵੀ ਅਸੀਂ ਕਸ਼ਮੀਰ, ਉਹ ਕਹਿੰਦੇ ਸੀ ਕਸ਼ਮੀਰੀ ਭਾਈਆਂ ਨੂੰ ਮੁੜ ਕੇ ਜੋੜ ਲਿਆ ਸੀ ਆਪਣੇ ਨਾਲ। ਹਾਂਜੀ, ਅਕਸਰ ਤਾਂ ਉਹਨਾਂ ਦੀ ਜਿਹੜੀ ਖੁਦ ਮੁਖਤਿਆਰੀ ਸੀ ਥੋੜ੍ਹੀ ਬਹੁਤੀ ਉਹ ਵੀ ਖੋ ਲਈ ਸੀਗੀ। ਇਹਦੇ ਵਿੱਚੋਂ ਪੰਜਾਬ ਨੂੰ ਸੋਚਣਾ ਪਊਗਾ ਵੀ ਜਿਹੜੀ ਤੁਹਾਡੀ ਖੁਦ ਮੁਖਤਿਆਰੀ ਜਿਹੜੀ ਹੈ ਵੀ ਕੰਸਟੀਟਿਊਸ਼ਨ ਦੇ ਵਿੱਚ ਉਹ ਵੀ ਰੱਦ ਕਰ ਰਹੇ। ਉਹਨੇ ਇਹ ਗੱਲ ਕਹੀ ਸੀ ਇੱਕ ਦੇਸ਼ ਇੱਕ ਵਿਧਾਨ ਤੇ ਇੱਕ ਲੋਕ, ਇਹਨੇ ਇਹ ਨਾਰਾ ਸੀਗਾ, ਵਨ ਪੀਪਲ ਵਨ ਕੰਸਟੀਟਿਊਸ਼ਨ ਵਨ ਕੰਟਰੀ ਵਨ ਨੇਸ਼ਨ। ਹੁਣ ਤੁਸੀਂ ਦੱਸੋ 47 ਦੇ ਵਿੱਚ ਜਦੋਂ ਆਜ਼ਾਦੀ ਮਿਲੀ ਸੀ, ਜਿਸ ਵਾਸਤੇ ਬਹੁਤ ਆਪ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, 80% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਆਜ਼ਾਦੀ ਵਾਸਤੇ। ਆਪਾਂ ਨਾਂ ਤਾਂ ਕਈ ਲੈ ਸਕਦੇ, ਭਗਤ ਸਿੰਘ ਵਰਗੇ, ਗਦਰੀ ਬਾਬੇ, ਆਪਾਂ ਲਿਸਟ ਬਹੁਤ ਪੜ੍ਹ ਸਕਦੇ ਕਿੰਨਿਆਂ ਨੇ, ਈਵਨ ਬ੍ਰਿਟਿਸ਼ ਆਰਮੀ ਵਿੱਚ ਕਿੰਨਿਆਂ ਨੇ ਆਪਣੇ ਜੋਰਜ ਕਰੋਸ ਲਏ ਬਰੇਵਰੀ ਵਾਸਤੇ। ਕੈਪਟਨ ਮੋਹਨ ਸਿੰਘ 25,000 ਇੰਡੀਅਨ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਵਿੱਚ, ਉਹ ਬਹੁਤੇ ਜ਼ਿਆਦਾ ਸਿੱਖ ਸੀ, ਸਰਦਾਰ ਸੀ ਉਹਦੇ ਵਿੱਚ ਵੀ। ਸਰਦਾਰਾਂ ਨੇ ਦੋਵੇਂ ਪਾਸਿਆਂ 'ਤੇ ਲੜੇ, ਬ੍ਰਿਟਿਸ਼ ਵਾਸਤੇ ਵੀ ਲੜਦੇ ਸੀ ਤਾਂ ਬ੍ਰਿਟਿਸ਼ ਦੇ ਖਿਲਾਫ ਵੀ ਲੜਦੇ। ਚਲੋ ਇਹ ਸਾਡੀ ਵੱਧ ਕਿਸੇ ਬੰਦੇ, ਆਪਾਂ ਕਈ ਵਾਰੀ ਦੋਵੇਂ ਪਾਸੇ ਵੰਡੇ ਜਾਂਦੇ ਹਾਂ। ਪਰ 47 ਦੇ ਵਿੱਚ ਜਿਹੜਾ ਕੰਸਟੀਟਿਊਸ਼ਨ ਬ੍ਰਿਟਿਸ਼ ਨੇ ਛੱਡਿਆ ਸੀਗਾ, ਉਦੋਂ ਅਜੇ ਨਹੀਂ ਸੀ ਇੰਡੀਆ ਦਾ ਪੂਰਾ, ਉਹ ਸੀਗਾ ਯੂਨੀਅਨ ਆਫ ਇੰਡੀਅਨ ਸਟੇਟਸ, ਜਿੱਥੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਨਾ, ਇਹ ਸੀ ਯੂਨੀਅਨ ਵੀ ਇਹਨਾਂ ਨੇ ਬਣਾਈ ਸੀਗੀ। ਪਹਿਲਾਂ ਕੋਈ ਨਹੀਂ ਸੀ, ਇਹਨਾਂ ਨੇ ਰਿਆਸਤਾਂ ਬਣਾ ਕੇ ਇੱਕ ਦਿਨ ਲਗਾ ਕੇ ਤਾਂ ਕਬਜ਼ਾ ਕੀਤਾ ਸੀਗਾ। ਸਾਡਾ ਤਾਂ ਆਪਣਾ ਵੱਖਰਾ ਦੇਸ਼ ਸੀਗਾ ਪੰਜਾਬ, ਔਰ ਹਰਿਆਣਾ, ਹਰਿਆਣਵੀ ਤਾਂ ਹੈ ਹੀ ਪੰਜਾਬੀ ਲੋਕ। ਔਰ ਅੱਜ ਫਿਰ ਮੁੜ ਕੇ ਮਹਿਸੂਸ ਹੋ ਰਹੀ ਆ। ਉਸ ਵੀਰ ਨੇ ਜਿਸ ਦੀ ਮੈਂ ਗੱਲ ਕੀਤੀ ਸੀ, ਹਿੰਦੂ ਵੀਰ ਨੇ, ਉਹ ਕਿਹਾ ਸੀ ਅਸੀਂ ਤਾਂ ਪੰਜਾਬੀ ਹਾਂ, ਅਸੀਂ ਅੱਡ ਹੋ ਜੇ ਤੁਸੀਂ ਨਹੀਂ ਸਾਨੂੰ ਇਨਸਾਫ ਦਿੰਦੇ ਅਸੀਂ ਅੱਡ ਹੋਵਾਂਗੇ। ਹਰਿਆਣਵੀ ਵੀਰ ਕਹਿ ਰਹੇ ਤੁਸੀਂ ਸਾਡੇ ਵੱਡੇ ਭਰਾ ਆ, ਸਾਨੂੰ ਵੀ ਲੜਾਇਆ ਪਾਣੀ ਦੇ ਮਸਲੇ 'ਤੇ, ਕਦੇ ਕਿਸੇ ਮਸਲੇ 'ਤੇ। ਅੱਜ ਹਰਿਆਣਵੀ ਵੀਰ ਤੁਹਾਨੂੰ ਦੁੱਧ ਛਕਾ ਰਿਹਾ, ਉਹ ਵੀ ਸਾਡੇ ਹੀ ਆ। ਸੋ ਇਹਦੇ ਵਿੱਚੋਂ ਆਪਾਂ ਬਹੁਤ ਵੱਡਾ ਲੈਸਨ ਸਿੱਖਣਾ। ਹਰੇਕ ਕੰਟਰੀ ਦੇ ਵਿੱਚ ਇੱਕ ਐਸੀ ਸ਼੍ਰੇਣੀ ਹੁੰਦੀ ਆ ਜਿਸਨੂੰ ਮਾਰਕਸਿਸਟ ਥੀਰੀ ਦੇ ਵਿੱਚ ਕਿਹਾ ਜਾਂਦਾ ਵੀ ਇਹ ਵਨਗਾਰਡ ਹੁੰਦਾ। ਲੈਨਿਨ ਨੇ ਗੱਲ ਕੀਤੀ ਸੀ, ਜਿਹੜੇ ਲੈਨਿਨ ਆ ਉਹ ਕਹਿੰਦਾ ਵੀ ਕੋਈ ਨਾ ਕੋਈ ਸ਼੍ਰੇਣੀ ਹੁੰਦੀ ਆ ਜਿਹੜੀ ਕਿ ਹਕੂਮਤ ਦੇ ਨਾਲ ਟਾਕਰਾ ਲੈਂਦੀ ਆ। ਹੁਣ ਮੈਂ ਤੁਹਾਨੂੰ ਇੰਗਲੈਂਡ ਦੇ ਵਿੱਚ ਇਹ ਲਾਸਟ ਮੈਂ ਗੱਲ ਕਰਕੇ ਸਮਾਪਤ ਕਰੂੰਗਾ। ਸ਼ਾਇਦ ਕਈ ਵੀਰਾਂ ਨੂੰ ਚੇਤਾ ਹੋਊਗਾ ਜਦੋਂ ਮਾਰਗਰਟ ਥੈਚਰ ਆਈ ਸੀ ਇੱਥੇ, ਯੂਕੇ ਦੀ ਪ੍ਰਾਈਮ ਮਿਨਿਸਟਰ ਬਣੀ ਸੀਗੀ, ਤਾਂ ਇੱਥੇ ਮਾਈਨਰਸ ਜਿਹੜੇ ਕੋਲ ਮਾਈਨਰਸ ਸੀ, ਉਦੋਂ ਵੀ ਥੈਚਰ ਨੇ ਕਿਹਾ ਸੀ ਅਸੀਂ ਪ੍ਰਾਈਵੇਟਾਈਜ਼ ਕਰਨਾ ਮਾਈਨਿੰਗ। ਹਾਂਜੀ, ਤਾਂ ਮਾਈਨਰ ਕਹਿੰਦੇ ਤੁਸੀਂ ਕਰ ਨਹੀਂ ਸਕਦੇ ਜੇ ਤੁਸੀਂ ਪ੍ਰਾਈਵੇਟਾਈਜ਼ ਕਰੋਗੇ ਰਾਤੋਂ ਰਾਤ। ਜਿੰਨੇ ਸਾਡੇ ਵਿਲੇਜਸ ਹੈਗੇ, ਕਮਿਊਨਿਟੀ ਦੀਆਂ ਕਮਿਊਨਿਟੀਆਂ, ਯਾਰਕਸ਼ਾਇਰ ਦੇ ਵਿੱਚ, ਵੇਲਸ ਦੇ ਵਿੱਚ, ਨੋਟਿੰਗਹਮਸ਼ਾਇਰ ਦੇ ਵਿੱਚ, ਸਟ੍ਰੈਫੋਰਡਸ਼ਾਇਰ ਦੇ ਵਿੱਚ, ਇੱਥੇ ਲਾਗੇ ਤੁਹਾਡੇ ਹੈਗੇ, ਆਹ ਵੀ ਮਾਈਨਿੰਗ ਇਲਾਕਾ ਸੀ ਪਹਿਲਾਂ, ਤੁਸੀਂ ਤਬਾਹ ਕਰ ਦੋਗੇ ਰਾਤੋਂ ਰਾਤ। ਜੇ ਤੁਸੀਂ ਕਰਨਾ ਤਾਂ ਤੁਸੀਂ ਹੌਲੀ ਹੌਲੀ ਪਲੈਨਿੰਗ ਕਰੋ। ਠੀਕ ਆ, ਟੈਕਨੋਲੋਜੀ ਦੇ ਨਾਲ ਸੋਸ਼ਲ ਚੇਂਜ ਆਉਂਦੀ ਆ, ਤੁਸੀਂ ਸੋ ਆਪਾਂ ਨਹੀਂ ਕਹਿੰਦੇ ਵੀ ਜਿੱਦਾਂ ਹੈਗਾ ਸਿਸਟਮ ਉਹ ਠੀਕ ਹੈ ਪੰਜਾਬ ਦੇ ਵਿੱਚ, ਉਹਨੂੰ ਆਪਾਂ ਚੇਂਜ ਕਰਨਾ, ਪਰ ਰਾਤੋਂ ਰਾਤ ਨਹੀਂ ਕਰ ਸਕਦੇ। ਹਾਂਜੀ, ਉਹ ਤਾਂ ਫਿਰ ਮੌਤ ਦੀ ਗੱਲ ਆ। ਅਤੇ ਉਦੋਂ ਮਾਈਨਰਸ ਖੜ੍ਹੇ ਹੋਏ ਸੀਗੇ, ਪਰ ਸਰਕਾਰ ਨੇ ਵੀ ਇਹਨਾਂ ਨੂੰ ਡਿਵਾਈਡ ਐਂਡ ਰੂਲ ਕਰਕੇ ਹਰਾ ਦਿੱਤਾ ਸੀਗਾ। ਮਾਈਨਰ ਹਰ ਗਏ ਸੀਗੇ। ਉਸ ਤੋਂ ਬਾਅਦ ਤੁਹਾਨੂੰ ਪਤਾ ਇੱਥੇ ਕੀ ਕੁਛ ਹੋਇਆ, ਤੁਹਾਡੇ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਗਏ ਸੀਗੇ, ਕਿਉਂਕਿ ਪ੍ਰਾਈਵੇਟਾਈਜੇਸ਼ਨ ਹੋ ਗਈ ਸੀਗੀ। ਸੋ ਇਸੇ ਤਰ੍ਹਾਂ ਜਿਹੜੇ ਸਿੱਖ ਕਿਸਾਨ ਪੰਜਾਬੀ, ਕਿਉਂਕਿ ਇਹਨਾਂ ਨੇ ਕਾਨੂੰਨ ਸਾਰੇ ਦੇ ਭਾਰਤ ਦੇ ਵਿੱਚ ਲੈ ਆਉਂਦੇ, ਇਹਨਾਂ ਨੇ ਯੂਪੀ ਦੇ ਵਿੱਚ ਲਿਆਉਂਦੇ ਸੀਗੇ, ਆਪਣੇ ਬਿਹਾਰ ਦੇ ਵਿੱਚ, ਔਰ ਬਹੁਤ ਹੀ ਜਿਹੜੇ ਰਿਸਰਚ ਲਿਆ, ਇੱਕ ਦਿੱਲੀ ਇੰਸਟੀਚਿਊਟ ਆਫ ਰਿਸਰਚ ਆ, ਉਹਨਾਂ ਨੇ ਕਿਹਾ ਬਿਹਾਰ ਦੇ ਵਿੱਚ
ਬਹੁਤ ਨੁਕਸਾਨ ਹੋਇਆ। ਉਹ ਬਿਹਾਰ ਦੇ ਜਿਹੜੇ ਤੁਹਾਡੇ ਆਉਂਦੇ ਆ ਨਾ ਲੇਬਰ ਪੰਜਾਬ ਦੇ ਵਿੱਚ, ਕਈਆਂ ਦੀਆਂ ਪਹਿਲਾਂ ਜ਼ਮੀਨਾਂ ਸੀ ਉੱਥੇ, ਜ਼ਮੀਨਾਂ ਉਹਨਾਂ ਦੀਆਂ ਖੋਹੀਆਂ, ਉਹ ਮਜ਼ਦੂਰ ਬਣਾਤੇ, ਉਹ ਮਜ਼ਦੂਰ ਵੀ ਕੀ ਉੱਥੇ ਬਾਹਰ ਨੂੰ ਆਉਣਾ ਪਿਆ ਕਿਉਂਕਿ ਉੱਥੇ ਵੇਚ ਜਿੰਦੀਆਂ ਲੋਅ ਆ ਅਜੇ ਵੀ। ਸੋ ਆਪਾਂ ਨੂੰ ਆਪਾਂ ਚੇਂਜ ਦੇ ਖਿਲਾਫ ਨਹੀਂ ਹੈਗੇ, ਆਪਾਂ ਚੇਂਜ ਲਉਂਗੇ, ਪਰ ਤੁਸੀਂ ਕੰਸਲਟੇਸ਼ਨ ਨਾ ਕਰੋ, ਤੁਸੀਂ ਵਿਚਾਰ ਨਾ ਕਰੋ। ਮੋਦੀ ਸਾਹਿਬ ਜਿਸ ਗੁਰੂ ਨੂੰ ਤੁਸੀਂ ਮਤ ਨਸਤਕ ਹੋਏ ਸੀ ਅੱਜ, ਮੈਂ ਬੇਨਤੀ ਕਰ ਤੁਸੀਂ ਉਸ ਗੁਰੂ ਤੋਂ ਸਿੱਖਿਆ ਲੈ ਲਓ। ਮੈਂ ਤਾਂ ਕਹਿੰਦਾ ਤੁਹਾਨੂੰ ਚੈਨ ਨਹੀਂ ਆਉਣੀ ਚਾਹੀਦੀ ਜਿੰਨੀ ਦੇਰ ਤੱਕ ਤੈਨੂੰ ਪੰਜਾਬ ਜੇ ਦੂਜੇ ਕਿਸਾਨਾਂ ਦਾ ਸੁੱਖ ਨਹੀਂ ਤੇਰੇ ਅੰਦਰ ਮਹਿਸੂਸ ਹੁੰਦਾ, ਤੈਨੂੰ ਚੈਨ ਨਹੀਂ ਹੋਣੀ ਚਾਹੀਦੀ। ਖੈਰ ਮੇਰਾ ਖਿਆਲ ਚੈਨ ਹੈ ਨਹੀਂ। ਸੋ ਮੈਨੂੰ ਮੇਰੀ ਅਰਦਾਸ ਹੈ, ਮੇਰੀ ਵਿਸ਼ਵਾਸ ਵੀ ਹੈ ਵੀ ਇਹ ਜਿੱਤ ਤਾਂ ਆਪਾਂ ਲੈ ਲਈ ਆ। ਇਹਦੇ ਵਿੱਚੋਂ ਇੱਕ ਲਾਸਟ ਪੁਆਇੰਟ ਕਹਿ ਕੇ ਮੈਂ ਸਮਾਪਤੀ ਕਰੂੰਗਾ ਕਿਉਂਕਿ ਸਮਾਂ ਹੈ ਨਹੀਂ। ਕਹਿਣ ਨੂੰ ਤਾਂ ਬਹੁਤ ਕੁਛ, ਆਪਾਂ ਭਾਵੇਂ ਇੱਥੇ 5 ਘੰਟੇ ਗੱਲ ਕਹਿ ਲਈਏ, ਇਕੱਲੀ ਇਕੱਲੀ ਗੱਲ 'ਤੇ ਆਪਾਂ ਡਿਟੇਲ ਜਾ ਸਕਦੇ ਹਾਂ। ਅਸੀਂ ਕੀ ਸਿੱਖਣਾ, ਕਿਉਂਕਿ ਹਰੇਕ ਮੋਰਚੇ ਦੇ ਵਿੱਚੋਂ ਅਸੀਂ ਖੱਟਦੇ ਵੀ ਤਾਂ ਘੁਮਾਉਂਦੇ ਵੀ ਬਹੁਤ ਕੁਛ ਆ। ਹਾਂਜੀ, ਅਸੀਂ ਅੱਜ ਕੀ ਸਿੱਖਣਾ, ਤਾਂ ਮੈਂ ਕਹਿੰਦਾ ਸਭ ਤੋਂ ਸਿੱਖਿਆ ਅਸੀਂ ਉਸ ਦਿੱਲੀ ਦੇ ਜੇ ਉੱਥੇ ਮੋਰਚੇ ਲੱਗੇ ਇਹ ਲੈ ਸਕਦੇ ਹਾਂ ਵੀ ਸਾਡੇ ਪਰਿਵਾਰ ਵੀ ਵੱਖਰੇ ਆ, ਸਾਡੇ ਰੰਗ ਵੀ ਵੱਖਰੇ ਆ, ਸਾਡੇ ਜਥੇਬੰਦੀਆਂ ਵੀ ਸ਼ਾਇਦ ਆਪਣੀ ਹੋਣ, ਉਹ ਹੋਣੀ ਚਾਹੀਦੀ ਆ। ਆਪਣੇ ਧਰਮਾਂ ਦੀ ਵੀ ਹੋਂਦ ਹੋਣੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਹੋਂਦ ਖਤਮ ਕਰ ਦਿਓ ਤਾਂ ਤੁਸੀਂ ਬੰਦਾ ਕੀ ਆ। ਪਰ ਇਹ ਨਾ ਕਦੇ ਭੁੱਲੀਏ ਐਂਡ ਦੇ ਵਿੱਚ ਅਸੀਂ ਸਾਰੇ ਇਨਸਾਨ ਹਾਂ, ਭਾਵੇਂ ਕੋਈ ਵੀ ਜਥੇਬੰਦੀ 'ਚ ਹੋਵੇ। ਤਾਂ ਮੇਰੀ ਬੇਨਤੀ ਆ ਇਸ ਟਾਈਮ 'ਤੇ ਵੀ ਜਿਹੜੀ ਵੀ ਜਥੇਬੰਦੀ ਆ ਤੁਸੀਂ, ਭਾਵੇਂ ਖਾਲਿਸਤਾਨੀ ਹੈ ਜਾਂ ਨਾ ਹੈ, ਜੋ ਤੁਸੀਂ ਜਿਹੜੇ ਮਰਜ਼ੀ ਦਲ ਦੇ ਵਿੱਚ ਆ, ਇੱਥੇ ਅਸੀਂ ਇਕੱਠੇ ਹੋ ਜਾਈਏ ਭਰਾਵੋ। ਤਾਂ ਲਾਸਟ ਪੁਆਇੰਟ ਮੈਂ ਮੀਡੀਆ ਨੂੰ ਗੱਲ ਕਰਦਾ। ਅੱਜ ਕੱਲ੍ਹ ਮੀਡੀਆ ਵੀ ਬਹੁਤ ਆ, ਆਪਣੇ ਆਪਣੇ ਜਗ੍ਹਾ 'ਤੇ ਬਹੁਤ ਵਧੀਆ ਕੰਮ ਕਰਦਾ, ਅਸੀਂ ਵੀ ਕਰਦੇ ਹਾਂ, ਪਰ ਦੂਜੇ ਮੀਡੀਆ ਤੁਹਾਡੇ ਦੁਸ਼ਮਣ ਨਹੀਂ ਹੈਗੇ। ਜੇ ਤੁਸੀਂ ਸਿੱਖੀ ਦੀ ਗੱਲ ਕਰੀ ਤਾਂ ਤੁਸੀਂ ਇੱਕ ਦੂਜੇ ਸਾਫ ਦੇ ਹੋ। ਹਾਂਜੀ, ਇਹ ਮੇਰੀ ਬੇਨਤੀ ਹੈਗੀ ਆ। ਵੈਸੇ ਤਾਂ ਜਿੰਨੇ ਪ੍ਰੈਜੈਂਟਰ ਹੈਗੇ ਜਾਂ ਜਿਹੜੇ ਪਿੱਛੇ, ਉਹ ਤਾਂ ਸਾਰੇ ਪਿਆਰ ਕਰਦੇ ਹੀ ਆ, ਕਈ ਵਾਰੀ ਮਾਲਕਾਂ ਦੀ ਪ੍ਰੋਬਲਮ ਪੈਂਦੀ ਹੈ, ਚਲੋ ਵੱਖਰੀ ਗੱਲ ਆ। ਪਰ ਅੱਜ ਇਹ ਗੱਲ ਮੈਂ ਕਹੂੰਗਾ, ਅੱਜ ਇੱਕ ਹੋਰ ਨਵਾਂ ਚੈਨਲ ਸ਼ੁਰੂ ਹੋਇਆ, ਆਹ 2 ਕੁ ਦਿਨ ਹੋਏ ਆ, ਕਿਸਾਨ ਏਕਤਾ ਚੈਨਲ ਉਸ ਦਿੱਲੀ ਦੇ ਬਾਰਡਰ ਤੋਂ ਸ਼ੁਰੂ ਹੋਇਆ। ਅਮਿਤ ਸ਼ਾਹ ਕਹਿ ਰਿਹਾ ਵੀ ਇਹ 1 ਲੱਖ ਤੋਂ ਉੱਪਰ ਹੈ ਹੀ ਨਹੀਂ ਲੋਕ, ਜਿੰਨੇ ਕੋਲ ਬੈਠੇ ਆ ਇਹੀ ਆ। ਔਰ ਉਹਨਾਂ ਨੇ ਹੁਣ ਦਾਅਵਾ ਕੀਤਾ ਵੀ ਅਸੀਂ 25 ਦਸੰਬਰ ਤੱਕ 10 ਮਿਲੀਅਨ ਉਸ ਚੈਨਲ ਦੇ ਸਪੋਰਟਰ ਕਰੋਂਗੇ। ਸੋ ਫਾਰ 2 ਦਿਨਾਂ ਦੇ ਵਿੱਚ 2.5 ਲੱਖ ਹੋ ਗਿਆ ਹੈ। ਸੋ ਮੇਰੀ ਬੇਨਤੀ ਆ, ਤੁਸੀਂ ਸਾਰੇ ਜਾਣੇ ਉਸ ਚੈਨਲ ਨੂੰ ਸਬਸਕ੍ਰਾਈਬ ਕਰੀ, ਯੂਟਿਊਬ ਚੈਨਲ। ਉਹ ਮੇਰੀ ਨਹੀਂ ਹੈਗੀ, ਕਿਸੇ ਇੱਕ ਮਾਲਕ ਨਹੀਂ ਹੈਗੀ, ਉਹ ਇੱਕ ਕੌਮ ਦੀ ਏਕਤਾ ਦਾ ਬਹੁਤ ਵੱਡਾ ਪ੍ਰਤੀਕ। ਤੁਸੀਂ 10 ਮਿਲੀਅਨ ਨਾ ਉੱਥੇ ਸਪੋਰਟਰ ਕਰੋਗੇ, ਆਹ ਗੋਦੀ ਮਿਲੀਅਨ ਮੀਡੀਆ ਦਾ ਕੁਛ ਨਹੀਂ ਹੈਗਾ। ਸੋ ਇਹ ਮੇਰੀ ਬੇਨਤੀ ਆ, 10 ਮਿਲੀਅਨ ਤਾਂ ਮੈਂ ਕਹਿੰਦਾ 100 ਮਿਲੀਅਨ ਕਰ ਲਓ। ਸੋ ਇਹ ਮੇਰੀ ਬੇਨਤੀ ਆ, ਕਿਸਾਨ ਏਕਤਾ ਚੈਨਲ ਅਤੇ ਤੁਸੀਂ ਸਬਸਕ੍ਰਾਈਬ ਕਰੋ, ਇਕੱਲੇ ਇਕੱਲੇ ਤੁਸੀਂ ਆਪਣੇ ਬੱਚਿਆਂ ਨੂੰ ਕਹੋ, ਅਤੇ ਇਹਦੇ ਨਾਲ ਸਾਡੀਆਂ ਸਾਰੀਆਂ ਚੈਨਲਾਂ ਤਕੜੀਆਂ ਹੋਣਗੀਆਂ। ਸੋ ਇੰਨੀਆਂ ਹੀ ਬੇਨਤੀਆਂ ਕਰਦਾ, ਬੋਲਦਾ ਤੋਂ ਭੁੱਲ ਚੁੱਕ ਮਾਫ ਕਰੋ ਜੀ। ਇੱਕ ਵਾਰ ਫਿਰ ਭਾਈ ਸਾਹਿਬ ਰਵੀਰ ਸਿੰਘ ਹੋਰ ਸਾਰਿਆਂ ਦਾ ਬਹੁਤ ਧੰਨਵਾਦ, ਜੇ ਤੁਸੀਂ ਮੈਨੂੰ ਸਤਿਕਾਰ ਦਿੱਤਾ। ਅੱਗੇ ਵਾਸਤੇ ਵੀ ਆਪਾਂ ਇੱਕ ਦੂਜੇ ਦਾ ਪਿਆਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਡਾਕਟਰ ਗੁਰਨਾਮ ਸਿੰਘ ਜੀ, ਜਿੱਥੇ ਮਤਲਬ ਆਪਾਂ ਕਹੀਏ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੂੰ ਮਤਲਬ ਸਿੱਖਿਆ ਦਿੰਦੇ ਆ, ਉੱਥੇ ਸਾਨੂੰ ਮੀਡੀਆ ਦੇ ਵਿੱਚ ਵੀ ਅਤੇ ਵੈਸੇ ਵੀ ਪ੍ਰੋਗਰਾਮਾਂ ਦੇ ਵਿੱਚ ਆ ਕੇ ਵਧੀਆ ਵਧੀਆ ਸੁਝਾਅ ਦਿੰਦੇ ਹਨ। ਸੋ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਸਟੇਜ ਵੱਲੋਂ। ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਸੁਖਜਿੰਦਰ ਸਿੰਘ ਜੀ ਸੰਘਾ ਪ੍ਰਿੰਸੀਪਲ ਵੀ ਕਹਿ ਲੈਂਦੇ, ਬਹੁਤ ਮਹਾਰਾਜ ਨੇ ਇਹਨਾਂ 'ਤੇ ਬਖਸ਼ਿਸ਼ ਕੀਤੀ ਹੈ। ਇਹਨਾਂ ਦੇ ਭਰਾ ਇੰਦਰਜੀਤ ਸਿੰਘ ਜੀ ਸੰਘਾ, ਉਹ ਵੀ ਹਰ ਹਫ਼ਤੇ ਮਤਲਬ ਅਕਾਲ ਚੈਨਲ 'ਤੇ ਜਿਹੜਾ ਖਬਰ 'ਤੇ ਨਜ਼ਰ ਪ੍ਰੋਗਰਾਮ ਬੜਾ ਵਧੀਆ ਉਹਨਾਂ ਦਾ ਨਰਸਜ ਹੁੰਦਾ ਆ। ਸੋ ਅੱਜ ਇਹਨਾਂ ਨੂੰ ਅਸੀਂ ਸਪੈਸ਼ਲੀ ਜਿਹੜਾ ਪ੍ਰੋਗਰਾਮ ਸਮਾਂ ਤੋਂ ਘੱਟ ਸੀ, ਪਰਿਵਾਰਕ ਤੌਰ 'ਤੇ ਵੀ ਇਹਨਾਂ ਦੇ ਪਰਿਵਾਰ 'ਚ ਕੋਈ ਮਤਲਬ ਸ਼ੋਕ ਹੋ ਚੁੱਕਾ ਸੀ, ਉਹਦੇ ਕਰਕੇ ਵੀ ਸਮਾਂ ਘੱਟ ਸੀਗਾ। ਲੇਕਿਨ ਫਿਰ ਮੈਂ ਧੰਨਵਾਦ ਕਰਦਾ ਪ੍ਰਬੰਧਕਾਂ ਵੱਲੋਂ, ਗੁਰਦੁਆਰਾ ਕਮੇਟੀ ਵੱਲੋਂ, ਇੰਟਰਨੈਸ਼ਨਲ ਪੰਥਕ ਦਲ ਵੱਲੋਂ, ਇਹਨਾਂ ਨੇ ਸਮਾਂ ਕੱਢਿਆ। ਕਿਉਂਕਿ ਅਸੀਂ ਤਾਂ ਸਾਰੀ ਗੱਲਾਂ ਕਰਦੇ ਹਾਂ, ਸਾਡੀ ਉੱਥੇ ਤੱਕ ਪਹੁੰਚ ਨਹੀਂ ਹੁੰਦੀ, ਸਾਡੀ ਉੱਥੇ ਤੱਕ ਸੋਚ ਨਹੀਂ ਹੁੰਦੀ ਕਿ ਅਸੀਂ ਐਨਾਲਿਸਿਸ ਕਰ ਸਕੀਏ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਭਾਈ ਸੁਖਜਿੰਦਰ ਸਿੰਘ ਜੀ ਸੰਘਾਂ ਨੂੰ 20 ਮਿੰਟ ਵਾਸਤੇ ਸਾਨੂੰ ਉਹ ਗੱਲਾਂ ਦੱਸਣ ਜਿਹੜੀਆਂ ਸਾਨੂੰ ਨਹੀਂ ਪਤਾ ਜਾਂ ਸਾਨੂੰ ਅੱਗੇ ਕੀ ਕਰਨਾ ਚਾਹੀਦਾ। ਸੋ ਆਓ ਆਪਾਂ ਡਾਕਟਰ
ਸਰਜਿੰਦਰ ਸਿੰਘ ਜੀ ਸੰਘਾ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਭਾਈ ਰਘਵੀਰ ਸਿੰਘ ਹੋਰਾਂ ਦਾ ਅਤੇ ਜਥੇਬੰਦੀ ਦਾ ਬਹੁਤ ਬਹੁਤ ਧੰਨਵਾਦ, ਜਿਹਨਾਂ ਨੇ ਯਾਦ ਕੀਤਾ ਅਤੇ ਬੜੇ ਇਤਿਹਾਸਕ ਮੌਕੇ 'ਤੇ ਸੰਗਤਾਂ ਦੇ ਦਰਸ਼ਨ ਕਰਨ ਦਾ ਉਪਰਾਲਾ ਬਣਾਇਆ। ਭਾਈ ਰਘਵੀਰ ਸਿੰਘ ਹੋਰੀ ਆਪ ਜਰਨਲਿਸਟ ਵੀ ਹਨ, ਐਕਟੀਵਿਸਟ ਵੀ ਹਨ, ਜਥੇਬੰਦੀਆਂ ਦੇ ਵਿੱਚ ਵੀ ਰਹੇ ਹਨ ਅਤੇ ਕੋਈ 30-40 ਸਾਲ ਤੋਂ ਇਹਨਾਂ ਨਾਲ ਸੰਪਰਕ ਵੀ ਰਿਹਾ ਅਤੇ ਇਹ ਤਕਰੀਬਨ ਸਾਰੇ ਸਿੰਘਾਂ ਦੀਆਂ ਜਿਹੜੀਆਂ ਐਕਟੀਵਿਟੀਜ਼ ਹੈਗੀਆਂ, ਕੰਮ ਹੈਗੇ ਆ, ਸੇਵਾਵਾਂ, ਉਹਨਾਂ ਦਾ ਆਪਾਂ ਸਤਿਕਾਰ ਕਰਦੇ ਹਾਂ ਅਤੇ ਇਸੇ ਤਰ੍ਹਾਂ ਸਮੂਹ ਜਥੇਬੰਦੀਆਂ ਆਪਣੀਆਂ ਅਤੇ ਸਾਰੇ ਮੀਡੀਆ ਦਾ ਵੀ, ਕਿਉਂਕਿ ਰਲ ਮਿਲ ਕੇ ਸਾਰੇ ਕਾਰਜ ਹੁੰਦੇ ਆ। ਮੈਂ ਬੇਨਤੀਆਂ ਕਰਨ ਤੋਂ ਪਹਿਲਾਂ ਜਿੱਥੇ ਆਪਣੇ ਡਾਕਟਰ ਹੋਣਾਂ ਨੇ, ਡਾਕਟਰ ਗੁਰਨਾਮ ਸਿੰਘ ਹੋਰਾਂ ਨੇ ਗੱਲ ਛੱਡੀ ਆ, ਉਸ ਤੋਂ ਮੈਂ ਅਗਾਂਹ ਤੁਰਦਾ ਹੈਗਾ ਇਹਨਾਂ ਨੇ ਖਾਸ ਕਰਕੇ ਮੀਡੀਆ 'ਤੇ ਜਥੇਬੰਦੀਆਂ ਤੋਂ ਗੱਲ ਸ਼ੁਰੂ ਖਤਮ ਕੀਤੀ ਸੀਗੀ ਅਤੇ ਪਹਿਲਾਂ ਵੀ ਉਹਨਾਂ ਨੇ ਬੜੇ ਉੱਤਮ ਵਿਚਾਰ ਦਿੱਤੇ ਹਨ। ਅਤੇ ਮੀਡੀਆ ਦੇ ਸੰਬੰਧ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਦਿੱਲੀ ਇਸ ਵੇਲੇ ਮੋਰਚੇ ਦੇ ਦੌਰਾਨ ਟਰੋਲੀ ਟਾਈਮਜ਼ ਅਖਬਾਰ ਸ਼ੁਰੂ ਹੋਇਆ, ਉਹਨਾਂ ਨੇ ਆਪਣਾ ਕੀਤਾ 4 ਪੇਜ ਦਾ ਸ਼ੁਰੂ, ਅਤੇ ਕਿਸਾਨ ਏਕਤਾ ਚੈਨਲ ਵੀ ਸ਼ੁਰੂ ਕੀਤੀ। ਉਹਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹ ਸੀ ਕਿ ਸਿਰਫ ਇੱਕ ਹਫ਼ਤੇ ਤੱਕ ਇੰਡੀਆ ਦਾ ਜਿਹੜਾ ਵੱਡਾ ਕੈਪੀਟਲਿਸਟ ਬੈਕ ਮੀਡੀਆ ਹੈਗਾ, ਉਹਨਾਂ ਨੇ ਇਹ ਪ੍ਰਚਾਰ ਸ਼ੁਰੂ ਕਰਤਾ ਸੀਗਾ ਸਾਰੇ ਪੰਜਾਬੀਆਂ ਦੇ ਵਿੱਚ ਅਤੇ ਸਾਰੇ ਹਰਿਆਣੀਆਂ ਦੇ ਵਿੱਚ ਫਰਕ ਪਾਉਣ ਵਾਸਤੇ, ਔਰ ਉੱਥੇ ਸਿੱਖ ਆਪਣੇ ਧਰਮਾਂ ਦੇ ਵਿੱਚ ਫਰਕ ਪਾਉਣ ਵਾਸਤੇ, ਅਤੇ ਵੱਖ ਵੱਖ ਸਟੇਟਾਂ ਦੇ ਜਿਹੜੇ ਲੋਕ ਇਕੱਤਰ ਹੋ ਸਨ, ਕਿਸਾਨ ਇਕੱਤਰ ਹੋ ਰਹੇ ਸਨ, ਉਹਨਾਂ ਵਿੱਚ ਫਰਕ ਪਾਉਣ ਵਾਸਤੇ ਬਹੁਤ ਵੱਡਾ ਪ੍ਰਚਾਰ ਆਰੰਭ ਦਿੱਤਾ ਸੀ। ਅਤੇ ਉਹਦੇ ਵਿੱਚ ਅਗਰ ਕਿਸ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈਗਾ ਅਤੇ ਉਹ ਆਪਣਾ ਪੰਜਾਬ ਦਾ ਪੰਜਾਬੀ ਮੀਡੀਆ ਜਿਹੜਾ ਉੱਥੇ ਲੋਕਲ ਹੈ, ਆਪਾਂ ਸਾਰੀਆਂ ਚੈਨਲਾਂ ਦੇ ਨਾਂ ਨਹੀਂ ਲੈਂਦੇ, ਆਪਾਂ ਨੂੰ ਪਤਾ, ਆਪਾਂ ਦੇਖਦੇ ਹੈਗੇ ਹਾਂ ਪੰਜਾਬ ਦਾ ਰੀਜਨਲ ਮੀਡੀਆ, ਅਤੇ ਉਹਦੇ ਨਾਲ ਜਿਹੜਾ ਵਿਦੇਸ਼ਾਂ ਦੇ ਵਿੱਚੋਂ ਆਪਣਾ ਇੱਥੇ ਦੀਆਂ ਚੈਨਲਾਂ, ਕੈਨੇਡਾ ਦੀਆਂ, USA ਦੀਆਂ, ਅਤੇ ਕੁਛ ਹੋਰ ਵੀ ਆਪਣੇ ਸਾਧਨ ਹੈਗੇ ਆ ਬਾਕੀ ਮੁਲਕਾਂ ਦੇ ਵਿੱਚ ਜਿੱਥੇ ਆਪਣੇ ਲੋਕ ਵੱਸਦੇ ਆ, ਉਹਨਾਂ ਸਾਰਿਆਂ ਨੇ ਹੀ ਗਰਾਊਂਡ ਤੋਂ ਇਸ ਕਿਸਮ ਦੀ ਰਿਪੋਰਟਿੰਗ ਸ਼ੁਰੂ ਕਰ ਦਿੱਤੀ ਜਿਹਦੇ ਨਾਲ ਕਿਸਾਨਾਂ ਦੇ ਆਪਣੇ ਬਲਬਲੇ, ਜਿਸ ਹਾਲਤ ਦੇ ਵਿੱਚ ਉਹ ਦਿੱਲੀ ਪਹੁੰਚੇ, ਜੋ ਪਿਛਲੇ 5-6 ਮਹੀਨਿਆਂ ਦੇ ਵਿੱਚ ਹੋਇਆ, ਜਿਹਨਾਂ ਹਾਲਤਾਂ ਦੇ ਵਿੱਚ ਉਹ ਲੰਘ ਕੇ ਆਏ, ਉਹ ਸਾਰੇ ਪੇਸ਼ ਕਰਨੇ ਸ਼ੁਰੂ ਕਰਤੇ। ਔਰ ਇਸ ਤੋਂ ਵੀ ਵੱਡੀ ਗੱਲ, ਜਿਵੇਂ ਅਲਾਮਾ ਇਕਬਾਲ ਨੇ ਕਿਹਾ ਨਾ, ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਨੂੰਨ ਨੇ ਜਗਾਇਆ ਖੁਆਬ ਸੇ। ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਿਹਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸਾਰੀ ਲੋਕਾਈ ਨੂੰ, ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਜਗਾ ਦਿੱਤਾ ਸੀਗਾ, ਇਸੇ ਤਰ੍ਹਾਂ ਹੀ ਪੰਜਾਬ ਦੀ ਕਿਸਾਨੀ ਨੇ ਸਾਰੇ ਹਿੰਦੁਸਤਾਨ ਦੀ ਕਿਸਾਨੀ ਨੂੰ ਜਗਾ ਦਿੱਤਾ। ਕਿ ਜੇ ਆਪਾਂ ਮਿਸਾਲ ਦੇ ਤੌਰ 'ਤੇ ਲਈਏ, ਇਹੋ ਹੀ ਗੱਲ ਸਿਰਫ ਵੀ ਜਿਸ ਭਾਅ 'ਤੇ ਪੰਜਾਬ ਅਤੇ ਹਰਿਆਣੇ ਅਤੇ ਵੈਸਟ UP ਦੇ ਵਿੱਚ, ਕੁਝ ਰਾਜਸਥਾਨ ਦੇ ਵਿੱਚ ਕਣਕ ਦੇ ਝੋਨਾ ਖਰੀਦੇ ਜਾਂਦੇ ਆ, ਜੇ ਇਸੇ ਭਾਅ 'ਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਇਹ ਫਸਲਾਂ ਖਰੀਦੀਆਂ ਜਾਣ ਅਤੇ ਸਾਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਆ ਉਹ ਖੁਸ਼ਹਾਲ ਹੋ ਸਕਦੇ ਆ। ਕਿਉਂਕਿ ਹੋਰ ਇਹ ਰਿਹਾ ਸੀਗਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਅਨਾਜ ਜਿਸ ਭਾਅ ਅਸੀਂ ਵੇਚਦੇ ਹੈਗੇ ਆ ਫੂਡ ਕਾਰਪੋਰੇਸ਼ਨ ਆਫ ਇੰਡੀਆ ਨੂੰ, ਉਹ ਤੋਂ ਅੱਧੇ ਤੋਂ ਵੀ ਘੱਟ ਮੁੱਲ ਤੋਂ ਬਾਹਰੋਂ ਖਰੀਦਿਆ ਜਾਂਦਾ ਸੀਗਾ। ਹੁੰਦਾ ਕੀ ਸੀਗੀ, ਹਿੰਦੁਸਤਾਨ ਦੇ ਵੱਡੇ ਵਪਾਰੀ ਉਹੀ ਅਨਾਜ ਹਰਿਆਣੇ ਦੇ ਪੰਜਾਬ ਦੇ ਵਿੱਚ ਲਿਆ ਕੇ ਵੇਚ ਕੇ ਮੁਨਾਫਾ ਕਰਵਾ ਰਹੇ ਸੀ, ਅਤੇ ਆਪਣੇ ਜਿਹੜੇ ਕਿਸਾਨ ਲੀਡਰ ਹੈਗੇ ਆ, ਅਤੇ ਦੂਜੀ ਗੱਲ ਜਥੇਬੰਦੀਆਂ ਦੀ ਡਾਕਟਰ ਗੁਰਨਾਮ ਸਿੰਘ ਹੋਰਾਂ ਨੇ ਕੀਤੀ ਸੀਗੀ, ਆਪਣੀਆਂ ਜਥੇਬੰਦੀਆਂ ਨੇ ਇਹਨਾਂ ਗੱਲਾਂ 'ਤੇ ਇੰਨੀ ਜਾਗਰਤੀ ਨਾਲ ਪਹਿਰਾ ਦਿੱਤਾ ਕਿ ਪਿਛਲੀਆਂ ਮੀਟਿੰਗਾਂ ਦੇ ਵਿੱਚ ਭਾਰਤ ਸਰਕਾਰ ਦੇ ਨੁਮਾਇੰਦਿਆਂ ਨੂੰ ਅਤੇ ਮਿਨਿਸਟਰ ਨੂੰ ਇਹ ਬਿਲਕੁਲ ਜਾਗਰਤ ਕਰਤਾ ਕਿ ਜਿਹਨਾਂ ਕਾਨੂੰਨਾਂ ਦੀ ਤੁਸੀਂ ਗੱਲ ਕਰਦੇ ਆ ਉਹਨਾਂ ਦੇ ਕਾਨੂੰਨ ਦੇ ਤਹਿਤ ਆਲਰੇਡੀ ਹੁਣੇ ਸਮਗਲਿੰਗ ਸ਼ੁਰੂ ਹੋ ਚੁੱਕੀ ਆ, ਕਿ ਤੁਹਾਡੇ ਕਾਨੂੰਨ ਦਾ ਸਹਾਰਾ ਲੈ ਕੇ ਪੰਜਾਬ ਅਤੇ ਹਰਿਆਣੇ ਦੇ ਵਿੱਚ, ਬਿਹਾਰ, UP ਅਤੇ ਹੋਰਨਾਂ ਸੂਬਿਆਂ ਦੇ ਵਿੱਚੋਂ ਜਿਹੜੇ ਸਮਗਲਰ ਵਪਾਰੀ ਹਨ ਉਹ ਲਿਆ ਕੇ ਆਪਣਾ ਝੋਨਾ ਵੇਚਣ ਲੱਗ ਪਏ ਹਨ, ਅਤੇ ਜਿਹੜਾ ਝੋਨਾ ਉਹ 1300 ਰੁਪਏ ਨੂੰ ਖਰੀਦੇ ਆ ਅਤੇ ਇੱਥੇ ਲਿਆ ਕੇ 1900 ਦਾ ਵੇਚ ਰਹੇ ਹਨ।
ਤੇ ਨਾ ਜਾਲੀ ਲਿਖ ਰਹੇ ਪੰਜਾਬ ਦੇ ਕਿਸਾਨਾਂ ਦੇ ਜਾਂ ਮਤਲਬ ਪੇਸ਼ ਸ਼ੈਲਰਾਂ ਦੇ ਤੇ ਜਾਂ ਹਰਿਆਣਵੀ ਦੇ ਜਿਹੜੀ ਮਤਲਬ ਇਸ ਹੱਦ ਤੱਕ ਆਪਣੇ ਕਿਸਾਨ ਆਗੂਆਂ ਨੇ ਡਿਟੇਲ ਦੇ ਵਿੱਚ ਕੰਮ ਕੀਤਾ ਪਰ ਆਪਣਾ ਵਿਸ਼ਾ ਇਹ ਥੋੜ੍ਹਾ ਘੱਟ ਹੈਗਾ ਆਪਾਂ ਵਿਸ਼ਾ ਥੋੜ੍ਹਾ ਜਿਹਾ ਵੱਖਰਾ ਤੇ ਜਿਹੜੇ ਮੌਜੂਦੇ ਹਾਲਤ ਹੈ ਉਹਦੇ ਵੱਲੋਂ ਲਿਜਾਣਾ ਹੈਗਾ ਇਸ ਵੇਲੇ ਸਭ ਤੋਂ ਵੱਡਾ ਜਿਹੜਾ ਚੈਲੇਂਜ ਕਿਸਾਨ ਜਥੇਬੰਦੀਆਂ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈਗਾ ਉਹਨਾਂ ਨੇ 30 ਜਾਂ 32 ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਇਹ ਸਾਬਤ ਕਰਤਾ ਕਿ ਜਿਵੇਂ ਸਿੱਖ ਮਿਸਲਾਂ ਨੇ 18ਵੀਂ ਸਦੀ ਦੇ ਵਿੱਚ ਵੱਖ ਵੱਖ ਹੁੰਦੇ ਵੀ ਜਦੋਂ ਮੁਗਲਾਂ ਦੇ ਨਾਲ ਮੁਕਾਬਲਾ ਕਰਦੇ ਸੀ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਦੇ ਸੀ ਅੰਦਰੂਨੀ ਤੇ ਬਹਿਰੂਨੀ ਆਫਤਾਂ ਆਉਂਦੀਆਂ ਸਾਰੇ ਇਕੱਠੇ ਹੁੰਦੇ ਸਨ ਸਾਡੀਆਂ 30-32 ਕਿਸਾਨ ਜਥੇਬੰਦੀਆਂ ਉਹਨਾਂ ਦਾ ਰਾਜਨੀਤਿਕ ਪਿਛੋਕੜ ਉਹਨਾਂ ਦੀ ਭਾਵਨਾ ਉਹਨਾਂ ਦੀ ਆਈਡੀਓਲੋਜੀ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਅਫੀਲੀਏਸ਼ਨ ਜੋ ਵੀ ਸੀਗੀ ਪਰ ਉਹਨਾਂ ਨੇ ਕਿਸਾਨ ਮਸਲਿਆਂ ਨੂੰ ਸਾਹਮਣੇ ਰੱਖਦਿਆਂ ਇਕੱਲੇ ਪੰਜਾਬ ਦੇ ਨੂੰ ਨਾਲ ਹਰਿਆਣਾ ਵੀ ਨਾਲ ਸਾਰੇ ਹਿੰਦੁਸਤਾਨ ਦੇ ਕਿਸਾਨੀ ਦੇ ਮਸਲਿਆਂ ਨੂੰ ਸਾਹਮਣੇ ਰੱਖਦਿਆਂ ਉਹਨਾਂ ਨੇ ਮੁੱਖ ਤੌਰ 'ਤੇ ਬਿਲਕੁਲ ਏਕਤਾ ਕਰਕੇ ਮਿਸਲਾਂ ਤੋਂ ਇਤਿਹਾਸਕ ਤੌਰ 'ਤੇ ਮਿਸਲਾਂ ਦੇ ਕਾਰਨਾਮਿਆਂ ਤੋਂ ਸਿੱਖ ਕੇ ਉਹ ਜਿਹੜੀ ਏਕਤਾ ਸੀਗੀ ਉਹਨੂੰ ਮੁੜ ਕੇ ਜਾਗਰ ਕੀਤਾ ਕਿ ਜਿਵੇਂ ਆਪਣੀਆਂ ਮਿਸਲਾਂ ਨੇ ਵੱਖ ਵੱਖ ਸੀਗੀਆਂ ਪਰ ਜਦੋਂ ਹਮਲੇ ਹੁੰਦੇ ਸੀ ਅੰਦਰੂਨੀ ਆਫਤਾਂ ਆਉਂਦੀਆਂ ਸਾਰੇ ਇਕੱਠੇ ਸੀਗੇ ਇਸੇ ਤਰ੍ਹਾਂ ਹੀ ਆਪਣੀਆਂ ਕਿਸਾਨ ਜਥੇਬੰਦੀਆਂ ਨੇ ਏਕਤਾ ਦਾ ਸਬੂਤ ਦਿੱਤਾ ਔਰ ਮੈਂ